ਪੰਜਾਬੀ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਾਵਨਾ ਸ਼ਰਮਾ। ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਤੇ ਵਿੱਚ ਕਹਿਣਾ ਹੈ ਕਿ ਇੱਕ ਮਹਿਲਾ ਵੱਲੋਂ ਕਿਤਾਬ ਜਿਹੜੀ ਆ ਉਹ ਚੋਰੀ ਕੀਤੀ ਗਈ ਹੈ। ਲੇਕਿਨ ਉਸ ਪੂਰੀ ਵੀਡੀਓ ਦਾ ਸੱਚ ਕੀ ਹੈ ਸਾਡੇ ਨਾਲ ਇਸ ਵੇਲੇ ਉਹ ਮਹਿਲਾ ਮੌਜੂਦ ਹੈ ਅਸੀਂ ਉਹ ਨਾਲ ਗੱਲ ਕਰਾਂਗੇ ਤੇ ਜਾਣਾਂਗੇ ਕਿ ਉਹ ਪੂਰੀ ਵੀਡੀਓ ਦਾ ਸੱਚ ਕੀ ਹੈ। ਮੈਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੇਰਾ ਨਾਮ ਲੀਨਾ দত্ত ਹੈ ਜੀ। ਉਸ ਦਿਨ ਜਿਹੜਾ ਮਾਡਰਨ ਬੁੱਕ ਡਿੱਪੂ ਤੇ ਜਿਹੜੀ ਵੀਡੀਓ ਵਾਇਰਲ ਹੋਈ ਹੈ। ਉਹ ਮੇਰੇ ਨਾਲ ਦੀ ਰਿਗਾਰਡਿੰਗ ਸੀ ਲੇਕਿਨ ਸਭ ਤੋਂ ਪਹਿਲੇ ਮੈਂ ਇਹ ਦੱਸਣਾ ਚਾਹਨੀ ਹੈ ਕਿ ਜਿਹੜੀ ਹਾਈਡ ਕੀਤੀ ਹੋਈ ਲੋਕ ਕਹਿ ਰਹੇ ਕਿ ਇੱਕ ਰੈਪਿਊਟਡ ਲੇਡੀ ਨੇ ਇੱਕ ਕਿਤਾਬ ਚੱਕ ਲਈ ਪਹਿਲੀ ਗੱਲ ਤੋਂ ਉਹ ਕਿਤਾਬ ਸੀ ਨਹੀਂ ਉਹ ਇੱਕ ਜਿਓਮੈਟਰੀ ਬਾਕਸ ਸੀਗਾ ਨਾ ਕਿ ਇੱਕ ਕਿਤਾਬ ਸੀਗੀ ਲੇਕਿਨ ਉਹ ਜਿਹੜਾ ਜਮੈਟਰੀ ਬਾਕਸ ਸੀਗਾ ਉਹ ਉੱਥੇ ਦੇ ਦੁਕਾਨਦਾਰ ਦੇ ਜਿਹੜੇ ਨੌਕਰ ਹੈ ਉਹਨਾਂ ਨੂੰ ਕਹਿ ਕੇ ਮੈਂ ਬਾਹਰ ਆਈ ਸੀਗੀ ਕਿ ਨਾਲ ਦੀ ਦੁਕਾਨ ਤੇ ਵੀ ਸੇਲ ਲੱਗੀ ਹੈ ਮੈਂ ਤੁਹਾਡੇ ਦੋਨਾਂ ਦੀ ਪੇਮੈਂਟ ਕਲੈਕਟਿਵਲੀ ਕਰਨੀ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਸਾਰੇ ਗੂਗਲ ਪੇ ਕਰਦੇ ਐ ਜਾਂ ਸਾਰੇ ਮੋਬਾਈਲ ਦੇ ਥਰੂ ਆਪਣੀ ਟ੍ਰਾਂਜੈਕਸ਼ਨ ਕਰਦੇ ਕੈਸ਼ ਪੇਮੈਂਟ ਸਾਰੇ ਆਪਣੇ ਕੋਲ ਘੱਟ ਹੀ ਰੱਖਦੇ ਐ ਔਰ ਉਹ ਮੇਰਾ ਡਿੱਕੀ ਦੇ ਵਿੱਚ ਸਾਰਾ ਸਮਾਨ ਪਿਆ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਮੈਡਮ ਤੁਸੀਂ ਚਲੇ ਜਾਓ ਇਹਦੀ ਵੀਡੀਓ ਜਿਹੜੀ ਐ ਉਹ ਪਹਿਲੇ ਹੀ ਅਸੀਂ ਜਿਹੜੀ ਮਾਡਰਨ ਬੁੱਕ ਡਿਪੂ ਦੇ ਓਨਰ ਦੀ ਅਸੀਂ ਪਾ ਦਿਤੀ ਹੈ ਔਰ ਸਾਡੇ ਕੋਲ ਮੌਜੂਦ ਵੀ ਹੈ ਜੇ ਤੁਹਾਨੂੰ ਚਾਹੀਦੀ ਹੈ ਤੁਸੀਂ ਲੈ ਸਕਦੇ ਹੋ ਸੋ ਵੀਡੀਓ ਦੇ ਵਿੱਚ ਕੀ ਨਜ਼ਰ ਆ ਰਿਹਾ ਹੈ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਹੋ ਕਿ ਮੈਂ ਬਾਹਰ ਜਾ ਰਹੀ ਹਾਂ ਹਾਂਜੀ ਨਹੀਂ ਨਹੀਂ ਉਸ ਵੀਡੀਓ ਦੇ ਵਿੱਚ ਉਹ ਦੁਕਾਨਦਾਰ ਕਹਿ ਰਿਹਾ ਸਾਨੂੰ ਮੈਡਮ ਤੋਂ ਪਹਿਲੇ ਵੀ ਕੋਈ ਪ੍ਰੋਬਲਮ ਨਹੀਂ ਸੀ ਹੁਣ ਵੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਵੀ ਪ੍ਰੋਬਲਮ ਹੈ ਸਾਡੀ ਮੈਨੇਜਿੰਗ ਕਮੇਟੀ ਦੀ ਹੈ ਸਾਡੀ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਨਾਲ ਤੇ ਮੈਡਮ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਜਿਓਮੈਟਰੀ ਹੈ ਉਹ ਉਹਦੇ ਨੌਕਰ ਨੂੰ ਪਤਾ ਹੈ ਕਿ ਉਹ ਮੇਰੇ ਕੋਲ ਹੈ ਤੇ ਚੋਰੀ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਉਹ ਤਾਂ ਤਾਂ ਹੋਏਗਾ ਜੇ ਹਿਡਨ ਕਰਕੇ ਲਿ ਕਰ ਗੱਲ ਉੱਥੇ ਨਿਬੜ ਗਈ ਸੀ ਤੁਸੀਂ ਖੁਦ ਇੰਨੀ ਗੱਲ ਕਹੀ ਕਿ ਜਦੋਂ ਤੁਸੀਂ ਦੁਕਾਨ ਚੋਂ ਬਾਹਰ ਨਿਕਲੇ ਤਾਂ ਤੁਸੀਂ ਦੁਕਾਨਦਾਰ ਨੂੰ ਪੁੱਛ ਕੇ ਨਿਕਲੇ ਸੀ ਕਿ ਮੈਂ ਆਪਣੀ ਐਕਟੀਵਾ ਤੱਕ ਆਪਣੀ ਪਰਸ ਜਾਂ ਫਿਰ ਮੋਬਾਈਲ ਜੋ ਵੀ ਤੁਸੀਂ ਲੈਣ ਜਾ ਰਹੇ ਹੋ ਉਹ ਲੈਣ ਗਏ ਸੀਗੇ ਫਿਰ ਜੇਕਰ ਇਹ ਗੱਲ ਕਲੀਅਰ ਹੋ ਚੁੱਕੀ ਸੀ ਫਿਰ ਬਾਅਦ ਚ ਹੰਗਾਮਾ ਕਿਵੇਂ ਪਿਆ ਉੱਥੇ ਕਿ ਤੁਹਾਡੇ ਉੱਤੇ ਅਚਾਨਕ ਹੀ ਚੋਰੀ ਦੇ ਨਾਮ ਇਹ ਗੱਲ ਹੈ ਕਿ ਉਹਦੇ ਨਾਲ ਇੱਕ ਹੋਰ ਦੁਕਾਨ ਸੀਗੀ ਉਹ ਸੀਗੀ ਜੈਂਟਸਨ ਜੀ ਉੱਥੇ ਉਹਨਾਂ ਦੇ ਨਾਈਟਸੂਟ ਲੱਗੇ ਹੋਏ ਸੀਗੇ ਜਿਹੜੇ ਉਹ ਨਾਈਟਸੂਟ ਸੀਗੇ ਮੇਰੇ ਸਾਈਜ਼ ਦੇ ਨਹੀਂ ਸੀ ਮੈਂ ਉਹਨਾਂ ਦੀ ਦੁਕਾਨ ਦੇ ਅੰਦਰ ਗਈਆਂ ਚਾਹੇ ਤੁਸੀਂ ਫੁਟੇਜ ਚੈੱਕ ਕਰ ਸਕ ਮੈਂ ਜਦੋਂ ਉਹਨਾਂ ਦੀ ਦੁਕਾਨ ਦੇ ਓਨਰ ਨਾਲ ਜਾ ਕੇ ਗੱਲ ਕੀਤੀ ਤੇ ਉਹਨੇ ਮੈਨੂੰ ਉਹਨੇ ਕਿਹਾ ਕਿ ਸਾਡੇ ਬਾਹਰ ਡਿਸਪਲੇ ਹੋਏ ਤੁਸੀਂ ਦੇਖ ਲਓ ਉੱਥੇ ਬਹੁਤ ਖਲਾਰਾ ਮਚਿਆ ਹੋਇਆ ਸੀਗਾ ਤੇ ਮੈਂ ਕਿਹਾ ਕਿ ਮੇਰੀ ਐਕਟਿਵਾ ਵੀ ਬਿਲਕੁਲ ਦੋ ਕਦਮਾਂ ਤੇ ਖੜੀ ਸੀਗੀ ਮੈਂ ਕਿਹਾ ਚਲੋ ਮੈਂ ਆਪਣੀ ਐਕਟਿਵਾ ਤਾਂ ਹੀ ਖੋਲ ਕੇ ਦੇਖ ਲੈਂਨੀ ਹੈ ਕਿਉਂਕਿ ਪੇਮੈਂਟ ਵੀ ਮੈਂ ਉਹਦੇ ਚੋਂ ਹੀ ਕਢਣੀ ਸੀਗੀ ਜਦੋਂ ਮੈਂ ਉਹ ਦੇਖਣ ਲੱਗੀ ਤੇ ਮੈਂ ਜਦੋਂ ਆਪਣੇ ਜੇਬ 'ਚ ਹੱਥ ਮਾਰਿਆ ਤੇ ਮੇਰੀ ਚਾਬੀ ਜਿਹੜੀ ਸੀ ਉਹ ਡਿਪਲੀਕੇਟ ਬਣੀ ਹੋਈ ਸੀ ਉਹ ਟੇਢੀ ਹੋ ਚੁੱਕੀ ਸੀ ਮੈਂ ਕਿਹਾ ਮੈਂ ਪਹਿਲੇ ਦੇਖ ਲਵਾਂ ਕਿ ਇਹ ਚਾਬੀ ਲਗਾ ਕੇ ਚੱਲਦੀ ਵੀ ਹੈ ਕਿ ਨਹੀਂ ਤਾਂ ਹੀ ਡਿੱਕੀ ਚਾਬੀ ਸਿੱਧੀ ਹੋਏਗੀ ਮੈਂ ਕਿਹਾ ਨਹੀਂ ਤੇ ਮੈਂ ਸਾਰੇ ਦੁਕਾਨਦਾਰਾਂ ਤੋਂ ਮਦਦ ਲੈ ਲਾਂਗੀ ਇਨ ਬਿਟਵੀਨ ਉਹਨਾਂ ਨੇ ਇਹ ਸੋਚਿਆ ਕਿ ਤੇ ਮੈਡਮ ਦੌੜਨ ਲੱਗੇ ਐ ਇਹ ਇਨਸੀਡੈਂਸ ਹੋਇਆ ਜਦ ਕਿ ਕੋਈ ਪ੍ਰੋਬਲਮ ਹੈ ਹੀ ਨਹੀਂ ਸੀਗੀ ਮੈਂ ਉਥੋਂ ਜਾ ਰਹੀ ਨਹੀਂ ਸੀਗੀ ਇੱਕ ਰਿਪਿਊਟਡ ਬੰਦੇ ਵਾਸਤੇ ਕੋਈ ਗਲਤ ਵੀਡੀਓ ਚੱਲੇ ਉਹਦੇ ਲਈ ਤੇ ਮਰ ਜਾਣ ਵਾਲੀ ਹੀ ਗੱਲ ਹੈ ਠੀਕ ਹੈ ਕੋਈ ਵੀ ਇੱਜ਼ਤਦਾਰ ਬੰਦਾ ਆਪਣੀ ਕਿਸੇ ਵੀ ਚਾਹੇ ਉਹ ਗਲਤ ਆ ਸਾਡੇ ਵਾਸਤੇ ਲੋਕਾਂ ਵਾਸਤੇ ਭਾਵੇਂ ਸਹੀ ਵੀਡੀਓ ਭਾਵੇਂ ਗਲਤ ਹੈ ਮੈਨੂੰ ਪਤਾ ਕਿ ਇਹ ਗਲਤ ਹੈ ਮੇਰੇ ਵਾਸਤੇ ਤੇ ਮਰਨ ਤੋਂ ਘੱਟ ਨਹੀਂ